ਭਵਾਨੀਗੜ੍ਹ ਵਿਖੇ ਬੀਤੀ ਦੇਰ ਰਾਤ ਨਾਈਟ ਕਰਫਿਊ ਦੌਰਾਨ ਤੇਜ਼ਧਾਰ ਹਥਿਆਰਾਂ ਨਾਲ ਲੈਸ ਦਰਜਨ ਤੋਂ ਵੱਧ ਅਣਪਛਾਤੇ ਹਮਲਾਵਰਾਂ ਨੇ ਨਾਭਾ ਰੋਡ 'ਤੇ ਸਥਿਤ ਫੂਡ ਸਪਲਾਈ ਦੇ ਗੋਦਾਮਾਂ ਵਿੱਚ ਦਾਖਲ ਹੋ ਕੇ ਉੱਥੇ ਤਾਇਨਾਤ ਦੋ ਚੌਂਕੀਦਾਰਾਂ 'ਚੋਂ ਇੱਕ ਦੀ ਕੁੱਟਮਾਰ ਕਰਕੇ ਉਸ ਨੂੰ ਰੱਸੀ ਨਾਲ ਨੂੜ ਕੇ ਕਮਰੇ ਵਿੱਚ ਬੰਦ ਕਰ ਦਿੱਤਾ ਅਤੇ ਦੂਜੇ ਦਾ ਬੇਰਹਿਮੀ ਨਾਲ ਕਤਲ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ। ਦੋਵੇਂ ਚੌਂਕੀਦਾਰ ਆਪਸ ਵਿੱਚ ਚਚੇਰੇ ਭਰਾ ਨੇ ਅਤੇ ਦੱਸਿਆ ਜਾ ਰਿਹਾ ਹੈ ਕਿ ਕਤਲ ਕੀਤਾ ਗਿਆ। ਨੌਜਵਾਨ ਆਪਣੇ ਭਰਾ ਗੁਰਮੁਖ ਸਿੰਘ ਦੀ ਜਗ੍ਹਾ 'ਤੇ ਡਿਊਟੀ ਕਰਨ ਲਈ ਆਇਆ ਸੀ। ਫੂਡ ਸਪਲਾਈ ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਸ਼ੁਰੂਆਤੀ ਜਾਂਚ 'ਚ ਉਹਨਾਂ ਨੂੰ ਵਾਰਦਾਤ ਦੌਰਾਨ ਗੋਦਾਮ 'ਚ ਕਿਸੇ ਵੀ ਤਰ੍ਹਾਂ ਦਾ ਮਾਲੀ ਨੁਕਸਾਨ ਹੋਣਾ ਸਾਹਮਣੇ ਨਹੀਂ ਆਇਆ। ਉੱਧਰ ਮੌਕੇ 'ਤੇ ਪਹੁੰਚੀ ਪੁਲਿਸ ਜਾਂਚ ਵਿੱਚ ਜੁਟੀ ਹੋਈ ਹੈ ਅਤੇ ਮਾਮਲੇ ਨੂੰ ਸ਼ੱਕੀ ਦੱਸਿਆ ਜਾ ਰਿਹਾ ਹੈ। ਇੱਥੇ ਸਰਕਾਰੀ ਹਸਪਤਾਲ ਵਿੱਚ ਜੇਰੀ ਇਲਾਜ ਅਤਰ ਸਿੰਘ 24 ਸਾਲਾਂ ਵਾਸੀ ਬਖਤੜੀ ਦੇ ਅਨੁਸਾਰ ਉਹ ਅਤੇ ਗੁਰਵਿੰਦਰ ਸਿੰਘ ਗੋਦਾਮ ਵਿੱਚ ਪਹਿਰੇਦਾਰੀ ਕਰ ਰਹੇ ਸਨ ਤਾਂ ਇਸ ਦੌਰਾਨ ਆਏ 14-15 ਅਣਪਛਾਤੇ ਚੋਰਾਂ ਨੇ ਜਿਨ੍ਹਾਂ ਦੇ ਹੱਥਾਂ ਵਿੱਚ ਤਲਵਾਰਾਂ ਅਤੇ ਚਾਕੂ ਸਨ ਨੇ ਆਉਂਦਿਆਂ ਹੀ ਉਹਨਾਂ ਦੋਵਾਂ ਨੂੰ ਦੱਬ ਲਿਆ ਅਤੇ ਹਿੰਦੀ ਭਾਸ਼ਾ ਬੋਲਦੇ ਵਿਅਕਤੀਆਂ ਨੇ ਗੁਰਵਿੰਦਰ ਸਿੰਘ ਨੂੰ ਬਾਹਰ ਬੰਨ ਲਿਆ। ਉਸ ਨੂੰ ਵੀ ਰੱਸੀ ਨਾਲ ਨੂੜ ਕੇ ਕਮਰੇ 'ਚ ਲਿਜਾ ਕੇ ਬੰਦ ਕਰ ਦਿੱਤਾ ਅਤੇ ਚੋਰ ਕਮਰੇ 'ਚ ਪਈ LED ਅਤੇ ਹੋਰ ਸਮਾਨ ਚੋਰੀ ਕਰਕੇ ਲਿਜਾਉਂਦੇ ਦਿਖੇ। ਅਤਰ ਸਿੰਘ ਨੇ ਦੱਸਿਆ ਹੈ ਕਿ ਉਸਨੇ ਰੱਸੀਆਂ ਤੋਂ ਖੁਦ ਨੂੰ ਕਿਸੇ ਤਰ੍ਹਾਂ ਆਜ਼ਾਦ ਕੀਤਾ ਅਤੇ ਕੁਲਹਾੜੀ ਨਾਲ ਦਰਵਾਜ਼ੇ ਨੂੰ ਤੋੜ ਕੇ ਬਾਹਰ ਆਇਆ ਤਾਂ ਉਸਨੇ ਵੇਖਿਆ ਕਿ ਹਮਲਾ ਕਰਕੇ ਚੋਰ ਗੁਰਵਿੰਦਰ ਸਿੰਘ ਨੂੰ ਮੌਤ ਦੇ ਘਾਟ ਉਤਾਰ ਕੇ ਮੌਕੇ ਤੋਂ ਫਰਾਰ ਹੋ ਚੁੱਕੇ ਸਨ। ਜਿਸ ਤੋਂ ਬਾਅਦ ਉਸਨੇ ਗੋਦਾਮਾਂ ਨੇੜੇ ਸਥਿਤ ਟੋਲ ਨਾਕੇ ਦੇ ਮੁਲਾਜ਼ਮਾਂ ਅਤੇ ਪੁਲਿਸ ਨੂੰ ਵਾਰਦਾਤ ਬਾਰੇ ਸੂਚਿਤ ਕੀਤਾ। ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀ SI ਸੰਤੋਖ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਫਰੈਂਡਸ ਫੂਡ ਸਪਲਾਈ ਦੇ ਕਵਰਡ ਗੋਦਾਮਾਂ ਵਿੱਚ ਸਿਕਿਉਰਿਟੀ ਗਾਰਡ ਦੇ ਕਤਲ ਅਤੇ ਦੂਜੇ ਦੀ ਕੁੱਟਮਾਰ ਹੋਣ ਦੀ ਸੂਚਨਾ ਮਿਲੀ ਜਿਸ ਦੀ ਤਫਤੀਸ਼ ਕੀਤੀ ਜਾ ਰਹੀ ਹੈ। SI ਸੰਤੋਖ ਸਿੰਘ ਨੇ ਆਖਿਆ ਹੈ ਕਿ ਜ਼ਖਮੀ ਹੋਏ ਗਾਰਡ ਵੱਲੋਂ ਦੱਸੀ ਜਾ ਰਹੀ ਵਾਰਦਾਤ 'ਤੇ ਪੁਲਿਸ ਨੂੰ ਸ਼ੱਕ ਹੈ। ਉਹਨਾਂ ਆਖਿਆ ਹੈ ਕਿ ਗੋਦਾਮ ਵਿੱਚ ਕੋਈ ਵੀ ਲੁੱਟ ਨਹੀਂ ਹੋਈ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਆਜ਼ਾਦ TV ਨਿਊਜ਼ ਦੇ ਲਈ ਭਵਾਨੀਗੜ੍ਹ ਤੋਂ ਲਵਲੀ ਕੌਸ਼ਲ ਦੀ ਰਿਪੋਰਟ। ਅਸੀਂ ਗੇੜਾ ਕੱਢਣ ਗਏ ਹੋਏ ਸੀ ਉੱਥੇ ਡਿਊਟੀ 'ਤੇ ਅਤੇ ਉਦੋਂ ਬਾਅਦ 'ਚ ਜਦੋਂ ਅਸੀਂ ਗੇੜਾ ਕੱਢ ਕੇ ਆਏ 14-15 ਜਣੇ ਸੀ ਚੋਰ, ਉਹਨਾਂ ਨੇ ਸਾਨੂੰ ਆ ਕੇ ਦੱਬ ਲਿਆ ਅਤੇ ਉਹਨਾਂ ਕੋਲ ਜੀ ਕਿਰਪਾਨਾਂ ਦੀਆਂ ਅਤੇ ਚਾਕੂ ਤੇ ਜੀ। ਹਾਂ ਜੀ, ਨਾ ਜੀ ਜਾਣਦੇ ਨਹੀਂ ਸੀ, ਉਹ ਹਿੰਦੀ ਬੋਲਦੇ ਸੀ ਜੀ ਉਹ ਸਾਰੇ। ਹਾਂ ਭਾਈ ਨੂੰ ਬਾਹਰੇ ਉਹ ਬੰਨ ਲਿਆ, ਬਾਹਰੇ ਬੰਨੋ ਜੋ ਮੈਨੂੰ ਅੰਦਰ ਉਹ ਕਰਤਾ ਬਾਹਰੋਂ ਇਹਦੇ ਬੰਨ ਇਹਦੇ ਨਾਲ ਪਤਾ ਨਹੀਂ ਕੀ ਕੀਤਾ ਉਹਨਾਂ ਨੇ। ਉਦੋਂ ਬਾਅਦ 'ਚ ਜਦੋਂ ਉਹ ਉਦੋਂ ਬਾਅਦ 'ਚ ਹੌਲੀ ਹੌਲੀ ਮੈਂ ਆਪਦੇ ਹੱਥ ਛਡਾ ਲਿਆ, ਬਾਹਰ ਮੂੰਹ ਬੰਨਿਆ ਹੋਇਆ ਸੀ, ਲੱਤਾਂ ਵੀ ਬੰਨਿਆ ਹੋਇਆ ਸੀ, ਹੌਲੀ ਹੌਲੀ ਹੱਥ ਛਡਾਏ, ਫਿਰ ਹੱਥ ਖਿਲਾ ਕੇ ਮੈਂ ਮੂੰਹ ਖੋਲਿਆ, ਪੈਰ ਖੋਲ੍ਹੇ, ਫਿਰ ਉੱਥੇ ਕਹਾੜਾ ਪਿਆ ਸੀ, ਕਹਾੜੇ ਨਾਲ ਮੈਂ ਉਹ ਗੇਟ ਤੋੜਿਆ। ਗੇਟ ਤੋੜ ਕੇ ਜਦੋਂ ਮੈਂ ਆਪਦੇ ਭਾਈ ਨੂੰ ਦੇਖਿਆ ਬਾਹਰੇ ਆ ਕੇ, ਉਹ ਹਿੱਲ ਨਹੀਂ ਰਿਹਾ, ਉਹਨੂੰ ਹਿਲਾਇਆ ਥੋੜ੍ਹਾ ਜਿਹਾ, ਉਹ ਹਿੱਲਿਆ ਨਹੀਂ, ਪਰ ਉੱਥੇ ਪਾਣੀ ਪਿਆ ਸੀ, ਮੈਂ ਉਹਦੇ ਪਾਣੀ ਵੀ ਮਾਰਿਆ ਥੋੜ੍ਹਾ ਜਿਹਾ ਵੀ ਉੱਠ ਕੱਢੂ, ਜਦੋਂ ਉੱਠਿਆ ਨਹੀਂ, ਫਿਰ ਮੈਂ ਜਾ ਕੇ ਭੱਜ ਕੇ ਦੇਖਿਆ ਵੀ ਹੈ ਤਾਂ ਨਹੀਂ ਕੋਈ ਉਹ ਵੀ ਵਾਗੇ। ਜਦੋਂ ਉਦੋਂ ਬਾਅਦ 'ਚ ਮੈਂ ਗੇਟ ਤੋੜ ਕੇ ਜਿੰਦਾ, ਉਦੋਂ ਬਾਅਦ ਉਹਨਾਂ ਨੂੰ ਬੁਲਾ ਕੇ ਲਿਆਇਆ ਟੂਲ ਟੈਕਸ ਵਾਲਿਆਂ ਨੇ। ਮੈਨੂੰ ਤਕਰੀਬਨ ਸਵੇਰੇ 4 ਵਜੇ ਫੋਨ ਆਇਆ ਸੀਗਾ ਕਿ ਕੁਛ ਬੰਦੇ ਆ ਕੇ ਜਿਹੜੇ ਹੈਗੇ ਨੇ ਦੋ ਜਿਹੜੇ ਉਹਦੇ ਚੌਂਕੀਦਾਰ ਹੁੰਦੇ ਨੇ ਉਹਨਾਂ ਨੂੰ ਜ਼ਖਮੀ ਕਰ ਗਏ ਨੇ, ਅਤੇ ਮੈਂ ਨਾਲ ਦੇ ਨਾਲ ਉਰੇ ਜਦ ਮੌਕੇ 'ਤੇ ਆਇਆ ਉਹਨਾਂ ਨੂੰ ਬਾਏ ਦੇ ਟਾਈਮ ਹੋਸਪਿਟਲ ਲੈ ਗਏ ਸੀਗੇ, ਅਤੇ ਇੱਕ ਦੀ ਅਨਫੋਰਚੁਨੇਟਲੀ ਡੈਥ ਹੋ ਗਈ ਹੈ, ਦੂਜਾ ਜ਼ਖਮੀ ਹੈ ਜੀ। ਕਿੰਨੀ ਉਮਰ ਹੈ ਦੋਨੋਂ ਚੌਂਕੀਦਾਰਾਂ ਦੀ? ਯੰਗ ਸੀਗੇ ਜੀ ਮੁੰਡੇ। ਅੱਛਾ, ਜਿਹੜਾ ਚੌਂਕੀਦਾਰ ਮਾਰਿਆ ਉਹਦੀ ਰਾਤ ਦੀ ਡਿਊਟੀ ਸੀ? ਹਾਂਜੀ। ਕੋਈ ਇੱਥੇ ਲੁੱਟ ਕੋਈ ਹੋਰ ਨਹੀਂ? ਉਰੇ ਕੋਈ ਲੁੱਟ ਵਾਰਦਾਤ ਕੁਛ ਨਹੀਂ ਹੋਈ ਜੀ, ਸਟਾਕ ਇੰਟੈਕਟ ਹੈ। ਕਿੰਨੇ ਕੁ ਬੰਦੇ ਦੱਸੇ ਉਹਨਾਂ ਨੇ? ਜੋ ਉਹਨੇ ਪ੍ਰਾਈਮਾ ਫੇਸ ਦੱਸਿਆ ਆਪਣਾ ਜਿਹੜਾ ਦੂਜਾ ਚੌਂਕੀਦਾਰ ਸੀ, ਕਹਿੰਦਾ 14-15 ਬੰਦੇ ਆਏ ਨੇ ਜੀ। ਅੱਛਾ, ਪੁਲਿਸ ਪਹੁੰਚ ਗਈ? ਹਾਂਜੀ, ਪੁਲਿਸ ਆ ਗਈ ਸੀ ਮੌਕੇ 'ਤੇ, ਬਿਲਕੁਲ ਨਾਲ ਦੇ ਨਾਲ ਆ ਗਏ ਸੀਗੇ ਜੀ। ਇਹ ਫਰੈਂਡਜ਼ ਫੂਡ ਸਪਲਾਈ ਦੇ ਗਡਾਊਂਡ ਨੇ ਕਵਰਡ, ਇੱਥੇ ਬੀਤੀ ਰਾਤ ਕੋਈ ਜਿਹੜੇ ਗਾਰਡ ਡਿਊਟੀ ਵਾਲੇ ਉਹਨਾਂ ਨੂੰ ਇੱਕ ਨੂੰ ਜ਼ਖਮੀ ਕਰ ਗਿਆ, ਇੱਕ ਦੀ ਔਨ ਸਪੋਟ ਡੈਥ ਹੋ ਗਈ, ਉਹਦੇ ਬਾਰੇ ਤਫਤੀਸ਼ ਜਾਰੀ ਹੈ। ਕਿੰਨੇ ਬੰਦੇ ਦੱਸੇ ਜੀ ਉਹਨਾਂ ਨੇ? ਜਿਹੜਾ ਜ਼ਖਮੀ ਉਹ ਕਹਿੰਦਾ 12-14 ਬੰਦੇ ਆਏ ਸੀ, ਪਰ ਉਹ ਗੱਲ ਸ਼ੱਕੀ ਜਾਪਦੀ ਆ। ਨਾ ਕੋਈ ਲੁੱਟ ਲਓ ਨਹੀਂ, ਕੋਈ ਸਾਰਾ ਕੁਝ ਦੇਖ ਲਿਆ, ਕੋਈ ਲੁੱਟ ਵਾਲਾ ਕੋਈ 1% ਵੀ ਨਹੀਂ ਦੇਖਿਆ ਕੁਛ। ਮੁੰਡੇ ਕਿੰਨੀ ਉਮਰ ਦੇ ਸੀ ਜਿਹੜੇ ਗਾਰਡ ਸੀ? ਨੌਜਵਾਨ ਸੀ। ਇੱਕ ਦੀ ਮੌਤ ਹੋ ਗਈ ਸੀ? ਹਾਂਜੀ, ਇੱਕ ਦੀ ਮੌਤ ਹੋ ਗਈ, ਇੱਕ ਜ਼ਖਮੀ। ਜ਼ਖਮੀ ਕਿੱਥੇ ਰੈਫਰ ਕੀਤਾ ਗਿਆ? ਸਿਵਲ ਹਸਪਤਾਲ ਭਵਾਨੀਗੜ੍ਹ। ਕੋਈ ਸਮਾਨ ਸਮੂਨ ਵਗੈਰਾ ਕੋਈ ਲੁੱਟ ਨਹੀਂ ਸੀ?